ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ, ਮੈਂ ਹਾਂ ਅਨੁਜਾ ਸ਼ਰਮਾ। ਤੇ ਲੋਹੜੀ ਦਾ ਤਿਉਹਾਰ ਹਰ ਕੋਈ ਆਪਣੇ ਆਪਣੇ ਢੰਗ ਦੇ ਨਾਲ ਮਨਾਉਂਦਾ, ਲੇਕਿਨ ਹਰ ਵਾਰ ਅਸੀਂ ਕਹਿੰਦੇ ਹਾਂ ਕਿ ਲੋਹੜੀ ਧੀਆਂ ਦੀ ਵੀ ਮਨਾਈ ਜਾਣੀ ਚਾਹੀਦੀ ਆ, ਔਰ ਲੋਕ ਜਿਹੜੇ ਨੇ ਹੁਣ ਮਨਾਉਂਦੇ ਵੀ ਨੇ। ਲੇਕਿਨ ਧੀਆਂ ਜਿਸ ਵਕਤ ਨਾਂ ਰੌਸ਼ਨ ਕਰਨ, ਉਸ ਤੋਂ ਸੋਹਣੀ ਚੀਜ਼ ਕੋਈ ਹੁੰਦੀ ਨਹੀਂ। ਇਹ ਮੇਰੇ ਪਿੱਛੇ ਖਿਡਾਰਨਾ ਇੱਥੇ ਮੌਜੂਦ ਨੇ, ਡੋਜਬਾਲ ਦੀਆਂ ਖਿਡਾਰਨਾ ਨੇ, ਟਰੋਫੀ ਜਿੱਤ ਕੇ ਆਈਆਂ ਨੇ, ਔਰ ਇਹਨਾਂ ਦੇ ਲਈ ਸਕੂਲ ਦੇ ਵਿੱਚ ਜਿਹੜਾ ਆ ਉਹ ਕਾਲਜ ਦੇ ਵਿੱਚ ਲੋਹੜੀ ਦਾ ਆਯੋਜਨ ਕੀਤਾ ਗਿਆ ਹੈ, ਔਰ ਲੋਹੜੀ ਧੀਆਂ ਦੀ ਮਨਾਈ ਜਾ ਰਹੀ। ਕੋਚ ਸਾਹਿਬ ਮੌਜੂਦ ਨੇ, ਪਹਿਲੇ ਉਹਨਾਂ ਨਾਲ ਗੱਲਬਾਤ ਕਰਾਂਗੇ। ਕੋਚ ਸਾਹਿਬ, ਹਮੇਸ਼ਾ ਅਸੀਂ ਕਹਿੰਦੇ ਧੀਆਂ ਦੀ ਲੋਹੜੀ ਹੋਣੀ ਚਾਹੀਦੀ, ਤੁਹਾਡੀ ਧੀਆਂ ਨੇ ਤੁਹਾਨੂੰ ਲਿਆ ਕੇ ਤੋਹਫ਼ਾ ਦਿੱਤਾ ਆ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਸਾਰੇ ਦਰਸ਼ਕਾਂ ਨੂੰ ਪਿਆਰ ਭਰਾ, ਜੋ ਲੋਹੜੀ ਦਾ ਤੋਹਫ਼ਾ ਹੈ ਸਾਨੂੰ ਇਹ ਬੱਚਿਆਂ ਨੇ ਸਾਨੂੰ ਦਿੱਤਾ ਹੈ, ਧੀਆਂ ਨੇ ਦਿੱਤਾ ਆ, ਤਾਂ ਸਾਡੇ ਲਈ ਇਹ ਜੋ ਤਿਉਹਾਰ ਦੀ ਖੁਸ਼ੀ ਹੈ ਦੁੱਗਣੀ ਤਿਗਣੀ ਹੋ ਗਈ ਹੈ, ਕਿਉਂਕਿ ਫਸਟ ਟਾਈਮ ਜਿਹੜੇ ਸਾਡੇ ਬੱਚੇ ਸੀਗੇ ਪਾਰਟੀਸਪੇਟ ਕਰੇ ਆ ਸੈਕਿੰਡ ਜੂਨੀਅਰ ਸਬ ਜੂਨੀਅਰ ਨੈਸ਼ਨਲ ਚੈਂਪੀਅਨਸ਼ਿਪ ਦੇ ਵਿੱਚ, ਤਾਂ ਇਹਨਾਂ ਨੇ ਉਹਨਾਂ ਟੀਮਾਂ ਦੇ ਨਾਲ ਟੱਕਰ ਲਿੱਤੀ ਹੈ ਜਿਹੜੀਆਂ ਪਿਛਲੇ 4-5 ਸਾਲ ਤੋਂ ਨੈਸ਼ਨਲ ਚੈਂਪੀਅਨ ਸੀਗੀਆਂ। ਤਾਂ ਇਹਨਾਂ ਨੇ ਆਪਣਾ ਬਿਹਤਰ ਪ੍ਰਦਰਸ਼ਨ ਦਿਖਾਉਂਦੇ ਹੋਏ ਇਹ ਰਨਰ ਟਰੋਫੀ ਲਿੱਤੀ ਗਈ ਹੈ, ਸਿਲਵਰ ਮੈਡਲ ਪ੍ਰਾਪਤ ਕੀਤਾ ਆ। ਤਾਂ ਇਹ ਸਾਰਾ ਸ਼੍ਰੇਅ ਸਾਡੀ ਜੋ ਟੀਮ ਦੀਆਂ ਧੀਆਂ ਹੈਗੀਆਂ ਜਿਨ੍ਹਾਂ ਨੇ ਮਿਹਨਤ ਕੀਤੀ ਹੈ ਉਹਨਾਂ ਨੂੰ ਜਾਂਦਾ ਆ। ਤਾਂ ਸਾਨੂੰ ਬਹੁਤ ਖੁਸ਼ੀ ਹੈ ਕਿ ਇਹ ਅੱਗੇ ਹੋਰ ਵੱਧ ਕੇ ਇੰਟਰਨੈਸ਼ਨਲ ਲੈਵਲ 'ਤੇ ਵੀ ਇਹਨਾਂ ਵਿੱਚੋਂ ਕੁਝ ਬੱਚੇ ਸਿਲੈਕਟ ਹੋਏ ਹੈ, ਤਾਂ ਵਧੀਆ ਪ੍ਰਦਰਸ਼ਨ ਕਰਕੇ ਆਉਣਗੇ ਜੀ। ਕੁੜੀਆਂ ਨਾਲ ਵੀ ਗੱਲ ਕਰਾਂਗੇ, ਕਿੱਦਾਂ ਦਾ ਤੁਹਾਡਾ ਰਿਹਾ ਐਕਸਪੀਰੀਅੰਸ, ਕਿੱਦਾਂ ਦਿਆ ਰਿਹਾ ਜਦੋਂ ਤੁਸੀਂ ਟੂਰਨਾਮੈਂਟ 'ਤੇ ਗਏ ਸੀ? ਬਹੁਤ ਅੱਛਾ ਥਾ। ਕੀ ਸਿੱਖਣ ਨੂੰ ਮਿਲੇ, ਕਿਉਂਕਿ ਅਸੀਂ ਅਕਸਰ ਕਹਿੰਦੇ ਹਾਂ ਕਿ ਚੀਜ਼ਾਂ ਅਸੀਂ ਇਸ ਟੂਰਨਾਮੈਂਟ 'ਤੇ ਜਾਂਦੇ ਹਾਂ, ਹੋਰ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਨੇ? ਬਹੁਤ ਅੱਛਾ ਲੱਗਾ, ਮੀਨਸ ਕਿ ਲੋਕ ਨਏ ਨਏ ਲੋਕ ਮਿਲੇ, ਠੀਕ ਹੈ, ਰਹਿਣੇ ਸਹਿਣੇ ਦਾ ਪਤਾ ਚੱਲਾ, ਮਤਲਬ ਬਹੁਤ ਅੱਛਾ ਥਾ। ਹੋਰ ਵੀ ਕੁੜੀਆਂ ਨਾਲ ਗੱਲ ਕਰਦੇ, ਤੁਹਾਡਾ ਨਾਮ ਕੀ ਹੈ? ਰੁਚੀ। ਰੁਚੀ, ਕਿੱਦਾਂ ਦਾ ਲੱਗਾ ਐਕਸਪੀਰੀਅੰਸ, ਕਿਹੋ ਜਿਹਾ ਰਿਹਾ ਤੁਹਾਡਾ? ਬਹੁਤ ਅੱਛਾ ਰਿਹਾ, ਹਰ ਐਕਸਪੀਰੀਅੰਸ ਹਮਨੇ ਦੇਖਾ ਵਹਾਂ ਪਰ ਕਿ ਸਭਕੇ ਸਾਥ ਕੈਸੇ ਰਹਿਤੇ, ਬਿਨਾਂ ਫੈਮਿਲੀ ਕੇ ਕੈਸੇ ਰਹਿਤੇ, ਫਰੈਂਡਸ ਆਪਣੇ ਜੋ ਹਮਾਰਾ ਵੋ ਸਾਥ ਥਾ ਵੋ ਕੈਸਾ ਥਾ, ਬਹੁਤ ਅੱਛਾ ਥਾ ਉਧਰ ਕਾ। ਥੋੜ੍ਹਾ ਜਿਸ ਵਕਤ ਅਸੀਂ ਗੱਲ ਕਰਦੇ ਹਾਂ ਪ੍ਰੈਕਟਿਸ ਦੀ, ਸਭ ਚੀਜ਼ਾਂ ਅਸੀਂ ਦੇਖਦੇ ਹਾਂ ਕਿ ਪ੍ਰੈਕਟਿਸ ਕਰਨੀ ਹੁੰਦੀ ਹੈ, ਪਰਿਵਾਰ ਦਾ ਸਮਰਥਨ ਕਿੰਨਾ ਕੁ ਰਹਿੰਦਾ ਉਹਦੇ ਵਿੱਚ, ਕਿ ਪਰਿਵਾਰ ਕਿੰਨਾ ਕੁ ਯੋਗਦਾਨ ਪਾਉਂਦਾ? ਨਹੀਂ, ਬਹੁਤ ਯੋਗਦਾਨ ਕਰਦਾ ਹੈ, ਮਤਲਬ ਮੇਰੇ ਪਾਪਾ ਬਹੁਤ ਜ਼ਿਆਦਾ ਕਰਦੇ ਆ ਕਿ ਅਗਰ ਤੁਮ ਕੁਛ ਬਣਨਾ ਚਾਹ ਰਹੇ ਹੋ ਜਾਂ ਫਿਰ ਤੁਹਾਡੇ ਪਾਸ ਆ ਰਿਹਾ ਆਪਸ਼ਨ ਇੱਕ ਵਾਰ ਤਾਂ ਤੁਮ ਉਸਕੋ ਟਰਾਈ ਕਰੋ, ਤੋ ਮੇਰੇ ਪਾਪਾ ਬਹੁਤ ਸਪੋਰਟ ਕਰਦੇ ਆ ਮੇਰੇ ਉੱਪਰ। ਅੱਛਾ, ਜਿਸ ਵਕਤ ਅਸੀਂ ਨਾ ਗੱਲ ਕਰਦੇ ਹੁੰਦੇ ਹਾਂ ਕਿ ਲੋਹੜੀ ਸਿਰਫ ਮੁੰਡਿਆਂ ਦੀ ਪਾਈ ਜਾਂਦੀ ਸੀ ਪਹਿਲਾਂ, ਕੁੜੀਆਂ ਦੀ ਪਾਈ ਨਹੀਂ ਜਾਂਦੀ ਸੀਗੀ, ਹੁਣ ਉਹ ਮੋਟੀਵੇਸ਼ਨ ਕੁੜੀਆਂ ਖੁਦ ਵੀ ਦੇ ਰਹੀਆਂ ਨੇ ਕਿ ਜਿਸ ਵਕਤ ਇਹਦਾ ਨਾਮ ਨਾ ਖੱਟ ਕੇ ਆਉਂਦੀਆਂ ਨੇ, ਹਰੇਕ ਮਾਂ ਪਿਓ ਦਾ ਜੀ ਕਰਦਾ ਕਿ ਅਸੀਂ ਕੁੜੀਆਂ ਦੀ ਲੋਹੜੀ ਪਾਈਏ, ਉਹ ਚੀਜ਼ਾਂ ਤੁਹਾਡੇ ਕਾਲਜ ਦੇ ਵਿੱਚ ਵੀ ਇੱਥੇ ਹੋ ਰਹੀਆਂ ਨੇ, ਤੁਹਾਨੂੰ ਕਿੱਦਾਂ ਦਾ ਲੱਗ ਰਿਹਾ ਇਹਨੂੰ ਦੇਖ ਕੇ? ਬਹੁਤ ਅੱਛਾ ਲੱਗ ਰਿਹਾ ਕਿ ਲੜਕੀਓ ਕੇ ਲਈ ਬਹੁਤ ਅੱਛਾ ਕਰ ਰਿਹਾ ਅੱਜ ਕੱਲ੍ਹ, ਕਿ ਪਹਿਲੇ ਲੜਕੀ ਕੇ ਲਈ ਕਰਦੇ ਥੇ ਅੱਜ ਕੱਲ੍ਹ, ਫਿਰ ਅਬ ਲੜਕੀਓ ਕੇ ਲਈ ਔਰਤ ਔਰ ਜਨਰੇਸ਼ਨ ਬਹੁਤ ਉੱਪਰ ਜਾ ਰਹੀ ਆ ਅੱਜ ਕੱਲ੍ਹ ਕੇ ਲਈ, ਲੜਕੀਓ ਕੇ ਲਈ ਤਾਂ ਸਪੈਸ਼ਲੀ, ਕੁੜੀਆਂ ਦੇ ਮੋਢਿਆਂ 'ਤੇ ਭਾਰ ਵੀ ਵੱਧ ਰਿਹਾ, ਹੁਣ ਸਾਡੀ ਜ਼ਿੰਮੇਵਾਰੀ ਵੀ ਵੱਧ ਰਹੀ ਹੈ, ਹੁਣ ਉਹਦੇ ਲਈ ਤਿਆਰ ਹੋ ਕਿ ਯੈਸ ਵੀ ਹੈਵ ਟੂ ਕੌਂਕਰ ਦ ਵਰਲਡ। ਬਹੁਤ ਹੁੰਦਾ ਹੈ ਕਿ ਪਹਿਲੇ ਬੋਇਜ਼ ਮੇਂ ਹੀ ਹੁੰਦਾ ਤਾ ਕਿ ਬੋਇਜ਼ ਬਣੇ ਕੁਛ ਕਰੀਅਰ ਬਣਾਏ, ਬਟ ਅੱਜ ਕੱਲ੍ਹ ਗਰਲਸ ਕੇ ਲਈ ਉੱਪਰ ਬਹੁਤ ਹੁੰਦਾ ਹੈ ਕਿ ਗਰਲਸ ਵੀ ਕਰੇ ਕੁਛ ਕੁਛ ਬਣੇ, ਆਪਣੇ ਫੈਮਿਲੀ ਦਾ ਨਾਮ ਕੁਛ ਉੱਪਰ ਕਰੇ, ਇਸ ਲਈ ਬਹੁਤ। ਇੱਥੇ ਸਾਡਾ ਮੈਮ ਵੀ ਮੌਜੂਦ ਨੇ, ਪਿੱਛੋਂ ਹੱਸ ਰਹੇ ਸੀ ਮੈਡਮ ਨਾਲ ਗੱਲ ਕਰਦੇ। ਮੈਮ, ਜਿਸ ਤਰੀਕੇ ਦੇ ਨਾਲ ਕੁੜੀਆਂ ਦੀ ਲੋਹੜੀ, ਧੀਆਂ ਦੀ ਲੋਹੜੀ ਦੀ ਅਸੀਂ ਗੱਲ ਕਰਦੇ ਹਾਂ, ਕਿਹੋ ਜਿਹਾ ਲੱਗਦਾ ਜਿਸ ਇੱਦਾਂ ਧੀਆਂ ਨਾ ਖੱਟ ਕੇ ਆਉਂਦੀਆਂ ਨੇ? ਬਿਲਕੁਲ, ਬਹੁਤ ਵਧੀਆ ਲੱਗਦਾ ਹੈ, ਔਰ ਖਾਸ ਕਰਕੇ ਜਦੋਂ ਹਰ ਪਾਸੇ ਇਹੀ ਚਰਚ ਹੋਏ ਕਿ ਲੜਕਾ ਜਿਹੜਾ ਸਾਰਾ ਕੁਛ ਕਰਦਾ ਹੈ, ਅਤੇ ਇੱਥੇ ਤੁਸੀਂ ਦੇਖੋ ਕਿ ਟੀਮਾਂ ਦੋ ਗਈਆਂ, ਬੋਇਜ਼ ਵੀ ਗਰਲਸ ਗਈ ਹੈ, ਲੇਕਿਨ ਗਰਲਸ ਜਿਹੜੀਆਂ ਉੱਪਰ ਆਪਣਾ ਟਰੋਫੀ ਲੈ ਕੇ ਆਈਆਂ ਔਰ ਰਨਰਜ਼ਾ ਪਾਈਆਂ, ਔਰ ਇਸ ਤੋਂ ਇਲਾਵਾ ਇਹ ਡਿਸਿਪਲਿਨ 'ਚ ਔਰ ਟਾਈਮ ਜਿਹੜਾ ਪਾਬੰਦੀ ਜਿਹੜੀ ਹੈ ਗਰਲਸ ਵਿੱਚ ਜ਼ਿਆਦਾ ਦੇਖੀ ਗਈ ਹੈ, ਔਰ ਜ਼ਿਆਦਾ ਸੈਂਸਿਟਿਵ ਔਰ ਜ਼ਿਆਦਾ ਟੈਕਨੀਕ ਜਿਹੜੀਆਂ ਜਿਹਨੂੰ ਅਡੋਪਸ਼ਨ ਹੈ ਉਹ ਗਰਲਸ ਵਿੱਚ ਜ਼ਿਆਦਾ ਹੈਗੀ ਹੈ। ਬਿਲਕੁਲ, ਸਾਡੇ ਨਾਲ ਇਸ ਵਕਤ ਪ੍ਰਿੰਸੀਪਲ ਮੈਮ ਮੌਜੂਦ ਨੇ, ਪ੍ਰਿੰਸੀਪਲ ਮੈਮ ਨਾਲ ਗੱਲ ਕਰਾਂਗੇ। ਮੈਮ, ਲੋਹੜੀ ਧੀਆਂ ਦੀ ਹੁੰਦੀ ਹੈ, ਲੇਕਿਨ ਧੀਆਂ ਨੇ ਲਿਆ ਕੇ ਤੋਹਫ਼ਾ ਤੁਹਾਡੇ ਹੱਥ 'ਚ ਥਮਾਇਆ ਇੰਨੀ ਵੱਡੀ ਟਰੋਫੀ? ਜੀ, ਇਹ ਬੜੇ ਸਾਡੇ ਲਈ ਮਾਣ ਦੀ ਗੱਲ ਹੈ ਕਿ ਸਾਡੇ ਬੱਚੇ ਹਰਚਰਨ ਜਿਹੜਾ ਇਸ ਸ੍ਰਿਸ਼ਟੀਕਰਮਾ ਐਸੋਸੀਏਸ਼ਨ ਦਾ ਸੈਕਟਰੀ ਹੈ, ਅਤੇ ਮੈਡਮ ਅਸਤਿੰਦਰ ਕੌਰ
ਜਿਹੜੇ ਕਿ ਇਹਦੇ ਚੇਅਰਮੈਨ ਹੈ, ਇਹ ਦੋਨੋਂ ਹੀ ਸਾਡੇ ਕਾਲਜ ਦੇ ਐਲਿਊਮਨਾਈ ਹੈ। ਸੋ ਐਲਿਊਮਨਾਈ ਹੋਣ ਦੇ ਨਾਤੇ ਦੇ ਹੈਵ ਬ੍ਰੌਟ ਲੋਰਲਸ ਟੂ ਦਿਸ ਕਾਲਜ ਕਿ ਇਹਨਾਂ ਦੇ ਟ੍ਰੇਨ ਕੀਤੇ ਹੋਏ ਬੱਚੇ ਅੱਜ ਨੈਸ਼ਨਲ ਲੈਵਲ 'ਤੇ, ਖਾਸ ਤੌਰ 'ਤੇ ਕੁੜੀਆਂ ਜਿਹੜੀਆਂ ਰਨਰਸ ਅਪ ਟਰੋਫੀ ਲੈ ਕੇ ਆਈਆਂ। ਸੋ ਅੱਜ ਦੋਹਰੀ ਖੁਸ਼ੀ ਦਾ ਮੌਕਾ, ਇੱਕ ਤਾਂ ਟਰੋਫੀ ਆਈ ਹੈ ਔਰ ਇਹਨਾਂ ਦਾ ਮੰਨਣਾ ਸੀਗਾ ਵੀ ਇਹ ਟਰੋਫੀ ਜਿਹੜੀ ਹੈ ਬੱਚਿਆਂ ਨੂੰ ਸਾਡੇ ਕਾਲਜ ਦੇ ਵਿੱਚ ਪ੍ਰੀਮਿਸਿਸ ਵਿੱਚ ਦਿੱਤੀ ਜਾਏ ਔਰ ਸਾਡੇ ਲਈ ਬੜੇ ਗਰਵ ਦੀ ਗੱਲ ਹੈ ਕਿ ਬੱਚੇ ਟਰੋਫੀ ਲੈ ਕੇ ਆਏ। ਔਰ ਦੂਜਾ ਧੀਆਂ ਦੀ ਲੋਹੜੀ ਦਾ ਜਿਹੜਾ ਮੌਕਾ ਹੈ, ਇਹ ਬੜਾ ਅੱਜ ਸਪੈਸ਼ਲ ਮੌਕਾ ਹੈ, ਬੜਾ ਉਤਸਵ ਜਿਹੜਾ ਹੈ ਬੜਾ ਮਨਾਉਣ ਵਾਲਾ ਹੈ ਕਿ ਸਾਰੇ ਲੋਕ ਪੁੱਤਰਾਂ ਦੀ ਲੋਹੜੀ ਮਨਾਉਂਦੇ ਨੇ, ਧੀਆਂ ਦੀ ਲੋਹੜੀ ਵੱਲ ਕੋਈ ਧਿਆਨ ਨਹੀਂ ਦਿੰਦਾ। ਇਹ ਚੇਂਜ ਲਿਆਉਣ ਦੀ ਜ਼ਰੂਰਤ ਹੈ ਔਰ ਇਹ ਚੇਂਜ ਜਿਹੜਾ ਸਾਡਾ ਟੀਚਰ ਐਜੂਕੇਸ਼ਨ ਕਾਲਜ ਹੈ ਵਿਚ ਇਜ਼ ਨੋਨ ਫੋਰ ਚੇਂਜ ਇਨ ਦੀ ਸੋਸਾਇਟੀ, ਟੀਚਰਸ ਆਰ ਨੋਨ ਐਜ ਏਜੰਟਸ ਆਫ ਚੇਂਜ। ਸੋ ਇਹ ਚੇਂਜ ਅਸੀਂ ਇੱਥੋਂ ਸ਼ੁਰੂ ਕਰਾਂਗੇ, ਸਾਡੇ ਟੀਚਰਸ ਜਿਹੜੇ ਹੈ ਇਹ ਮੈਸੇਜ ਨੂੰ ਹਰ ਘਰ ਤੱਕ ਪਹੁੰਚਾਉਣਗੇ ਕਿ ਧੀਆਂ ਜਿਹੜੀਆਂ ਹੈ ਉਹ ਮੁੰਡਿਆਂ ਤੋਂ ਕਿਤੇ ਕਿਤੇ ਅੱਗੇ ਹੈ ਔਰ ਜੇ ਕਿਹੜਾ ਕੋਈ ਇਹੋ ਜਿਹਾ ਫੀਲਡ ਨਹੀਂ ਹੈ ਜਿੱਥੇ ਧੀਆਂ ਨਹੀਂ ਪਹੁੰਚੀਆਂ। ਅੱਜ ਇਹ ਦੇਖੋ ਕਿ ਨੈਸ਼ਨਲ ਲੈਵਲ 'ਤੇ ਲੈ ਕੇ ਆਈਆਂ, ਮਾਨ ਲੈ ਕੇ ਆਈਆਂ ਔਰ ਇਹਨਾਂ ਦਾ ਦੇਸ਼ ਦੇ ਉੱਨਤੀ 'ਚ ਬਹੁਤ ਜ਼ਿਆਦਾ ਯੋਗਦਾਨ ਹੈ। ਸੋ ਕਹਿੰਦੇ ਹੈ ਕਿ ਵਿਮੈਨ ਆਰ ਨੋਨ ਐਜ਼ ਦੀ ਕ੍ਰੀਏਟਰ ਆਫ ਦੀ ਸੋਸਾਇਟੀ, ਸੋ ਟੂ ਬ੍ਰਿੰਗ ਚੇਂਜ ਇਨ ਦੀ ਸੋਸਾਇਟੀ ਵੀ ਹੈਵ ਟੂ ਨਰਚਰ ਦੈਮ, ਵੀ ਹੈਵ ਟੂ ਮੋਟੀਵੇਟ ਦੈਮ, ਵੀ ਹੈਵ ਟੂ ਐਨਕਰੇਜ ਦੈਮ ਟੂ ਬ੍ਰਿੰਗ ਲੋਰਲਸ ਟੂ ਦੀ ਸੋਸਾਇਟੀ। ਤੁਹਾਡੇ ਨਾਲ ਗੱਲ ਕਰ ਰਹੀ ਸੀ, ਮੈਂ ਬੱਚਿਆਂ ਨੂੰ ਵੀ ਪੁੱਛਿਆ, ਮੈਂ ਕਿਹਾ ਜਿਸ ਵਕਤ ਇੱਦਾਂ ਦੀ ਚੀਜ਼ਾਂ ਹੁੰਦੀਆਂ ਨੇ ਲੋਹੜੀ ਧੀਆਂ ਦੀ ਹੋ ਜਾਏ, ਉਸ ਵਾਰ ਧੀਆਂ ਦੇ ਉੱਤੇ ਭਰੋਸਾ ਹੋਣਾ ਸ਼ੁਰੂ ਹੋ ਜਾਏ, ਜ਼ਿੰਮੇਵਾਰੀ ਵੀ ਵੱਧ ਜਾਂਦੀ ਹੈ ਕੁੜੀਆਂ ਦੇ ਉੱਤੇ ਕਿ ਅਸੀਂ ਜ਼ਿੰਮੇਵਾਰ ਨਾਗਰਿਕ ਵਾਂਗੂ ਵੀ ਰਹਿਣਾ, ਜ਼ਿੰਮੇਵਾਰ ਕੁੜੀਆਂ ਵਾਂਗੂ ਵੀ ਰਹਿਣਾ ਆ। ਤੁਸੀਂ ਉਹ ਦੋ ਸ਼ਬਦ ਜ਼ਰੂਰ ਕਹੋ ਜਿਹੜੀਆਂ ਕੁੜੀਆਂ ਤੁਹਾਨੂੰ ਦੇਖ ਰਹੀਆਂ ਹੋਣਗੀਆਂ, ਜੇਕਰ ਤੁਹਾਡੇ ਮਾਂ ਪਿਓ ਤੁਹਾਡੇ 'ਤੇ ਭਰੋਸਾ ਕਰਦੇ ਨੇ ਤਾਂ ਕਿਹੋ ਜਿਹੀ ਜ਼ਿੰਦਗੀ ਜੀਣੀ ਚਾਹੀਦੀ ਹੈ। ਵੀ ਇੱਥੇ 80% 90% ਜਿਹੜੀਆਂ ਕੁੜੀਆਂ ਹੈ ਉਹ ਮੈਰੀਟੋਰੀਅਸ ਪੋਜੀਸ਼ਨਸ 'ਤੇ ਸੀ, ਜਿਹੜੀਆਂ ਮੈਰਿਟ ਵਾਲੇ ਬੱਚੇ ਹੈ ਉਹ ਇਸ ਕਾਲਜ ਵਿੱਚ ਆਏ ਹੈ। ਇਹ ਪੰਜਾਬ ਯੂਨੀਵਰਸਿਟੀ ਦਾ ਪ੍ਰੈਸਟੀਜੀਅਸ ਕਾਲਜ ਹੈ, ਪੰਜਾਬ ਯੂਨੀਵਰਸਿਟੀ ਦਾ ਦਿਸ ਇਜ਼ ਦੀ ਓਨਲੀ ਗਵਰਨਮੈਂਟ ਕਾਲਜ ਐਂਡ ਮੋਸਟ ਪ੍ਰੈਸਟੀਜੀਅਸ ਕਾਲਜ ਆਫ ਪੰਜਾਬ ਯੂਨੀਵਰਸਿਟੀ, ਜਿੱਥੇ ਤਰਸਦੇ ਹੈ ਲੋਕ ਐਡਮਿਸ਼ਨ ਲੈਣ ਲਈ, ਟੀਚਰ ਬਣਨ ਲਈ। ਔਰ ਸਾਡੇ ਟੀਚਰਸ ਜਿਹੜੇ ਹੈ ਖਾਲੀ ਹਿੰਦੁਸਤਾਨ 'ਚ ਨਹੀਂ, ਦੇਸ਼ ਵਿਦੇਸ਼ 'ਚ ਫੈਲੇ ਹੋਏ ਹੈ, ਕੋਈ ਕੰਟਰੀ ਇਹੋ ਜਿਹਾ ਨਹੀਂ ਜਿੱਥੇ ਤੁਹਾਨੂੰ ਇਸ ਕਾਲਜ ਦੇ ਟ੍ਰੇਨ ਕੀਤੇ ਹੋਏ ਟੀਚਰਸ ਨਹੀਂ ਮਿਲਣਗੇ। ਸੋ ਵੀ ਆਰ ਪ੍ਰਾਊਡ ਆਫ ਆਲ ਅਵਰ ਐਲਿਊਮਨਾ, ਸਪੈਸ਼ਲੀ ਮੈਡਮ ਅਸਤਿੰਦਰ ਜੋ ਕਿ ਸਟੇਟ ਅਵਾਰਡੀ ਹੈ, ਨੈਸ਼ਨਲ ਅਵਾਰਡੀ ਹੈ ਔਰ ਸੋਸਾਇਟੀ ਨੂੰ ਬਿਲਡ ਕਰਨ 'ਚ ਇਹਨਾਂ ਦਾ ਬਹੁਤ ਯੋਗਦਾਨ ਹੈ। ਕੋਈ ਫੀਲਡ ਇਹੋ ਜਿਹਾ ਨਹੀਂ ਹੈ, ਚਾਹੇ ਉਹ ਬਲੱਡ ਡੋਨੇਸ਼ਨ ਨੂੰ ਲੈ ਕੇ ਦੇਖ ਲਓ ਜਾਂ ਵੈਲਫੇਅਰ ਆਫ ਦੀ ਪੂਅਰ ਨੂੰ ਲੈ ਕੇ ਦੇਖ ਲਓ, ਜਾਂ ਇਸ ਤਰ੍ਹਾਂ ਦੇ ਬੱਚਿਆਂ ਨੂੰ ਟ੍ਰੇਨ ਕਰਨ ਨੂੰ ਲੈ ਕੇ ਦੇਖ ਲਓ, ਜਾਂ ਕੁੜੀਆਂ ਨੂੰ ਪ੍ਰੋਤਸਾਹਨ ਦੇਣ ਲਈ, ਉਹਨਾਂ ਨੂੰ ਨਰਚਰ ਕਰਨ ਲਈ। ਇਹ ਜਿਹੜੇ ਬੱਚੇ ਹੈ ਦੇ ਆਰ ਦੀ ਫਿਊਚਰ ਸਿਟੀਜ਼ਨਸ ਆਫ ਦੀ ਕੰਟਰੀ ਹੂ ਆਰ, ਜਿਹੜਾ ਵਿਕਸਿਤ ਭਾਰਤ ਦਾ ਮੋਦੀ ਜੀ ਸਾਡੇ ਮਾਨਨੀਏ ਪ੍ਰਧਾਨ ਮੰਤਰੀ ਜੀ ਨੇ ਨਾਰਾ ਦਿੱਤਾ ਵਿਕਸਿਤ ਭਾਰਤ 2047, ਇਹ ਅਸੀਂ ਦੇਖ ਸਕਦੇ ਹਾਂ ਕਿ ਸਾਡੇ ਆਉਣ ਵਾਲੇ ਜਿਹੜਾ ਟਾਈਮ ਹੈ ਉਸ ਬੱਚੇ ਦੇਸ਼ ਨੂੰ ਕਿਤੇ ਨਾ ਕਿਤੇ ਬੁਲੰਦੀਆਂ 'ਤੇ ਪਹੁੰਚਾਉਣਗੇ। ਔਰ ਕੋਈ ਸ਼ੱਕ ਨਹੀਂ ਹੈ ਕਿ ਸਾਡਾ ਮੁਲਕ ਜਿਹੜਾ ਹੈ ਉਹ ਵਿਸ਼ਵ ਗੁਰੂ ਬਣੇਗਾ ਔਰ ਸਾਰਾ ਜਿਹੜਾ ਵਿਸ਼ਵ ਹੈ ਉਹ ਸਾਡੇ ਦੇਸ਼ ਵੱਲ ਦੇਖੇਗਾ। ਅਸੀਂ ਲੋਹੜੀ ਧੀਆਂ ਦੀ ਗੱਲ ਕਰਦੇ ਹਾਂ ਔਰ ਇੱਦਾਂ ਦੀਆਂ ਧੀਆਂ ਜਿਹੜੀਆਂ ਨੇ ਘਰ ਘਰ ਦੇ ਵਿੱਚ ਹੋਣੀਆਂ ਚਾਹੀਦੀਆਂ ਨੇ ਔਰ ਹਰ ਮਾਂ ਪਿਓ ਨੂੰ ਆਪਣੇ ਬੱਚਿਆਂ ਨੂੰ ਭਾਵੇਂ ਧੀ ਹੋਵੇ ਭਾਵੇਂ ਪੁੱਤ ਹੋਵੇ ਸਾਰਿਆਂ ਨੂੰ ਸਪੋਰਟ ਕਰਨਾ ਚਾਹੀਦਾ ਕਿਉਂਕਿ ਅਗਲਾ ਭਵਿੱਖ ਉਹੀ ਹੈ। ਇਹੀ ਕਹਿੰਦੇ ਹੋਏ ਮੇਰੇ ਵੱਲੋਂ ਅਤੇ ਮੇਰੇ ਪੂਰੀ ਟੀਮ ਗਲੋਬਲ ਪੰਜਾਬ ਦੀ ਟੀਮ ਦੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਲੋਹੜੀ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ। ਕੈਮਰਾ ਅਤੇ ਮੇਰੇ ਸਹਿਯੋਗੀ ਅਮਨ ਦੇ ਨਾਲ ਮੈਂ ਅਨੁਜਾ ਸ਼ਰਮਾ, ਤੁਸੀਂ ਦਿਓ ਇਜਾਜ਼ਤ, ਦੇਖਦੇ ਰਹੋ ਗਲੋਬਲ ਪੰਜਾਬ ਟੀਵੀ।